ਅਸਲਾਮ ਵਾਲੇਕੁਮ ਭਾਈ ਜੀ, ਸ਼ਹਜ਼ਾਦੇ ਮੰਨੇ ਵਲੋਗ ਕੇ ਸਾਥ ਆਪਕੋ ਮੈਂ ਮੌਲਾ ਜਟਸਕ ਪਵਾਸ ਆਇਆ ਹੂੰ। ਪਟਿਆ ਪੰਜਾਬੀ ਬੋਲ ਯਾਰ, ਕੁਛ ਨਹੀਂ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਠੀਕ ਠਾਕ ਹੋ ਭਾਈ ਜੀ? ਬਿਲਕੁਲ ਠੀਕ। ਹਾਂਜੀ, ਬਿਸਮਿਲ੍ਲਾ, ਕੀ ਹਾਲ ਹੈ ਜਨਾਬ? ਠੀਕ ਹੋ? ਫਸਟ ਕਲਾਸ ਹੋ ਭਾਈ। ਮੇਰਾ ਚੜ੍ਹਦੇ ਪੰਜਾਬ ਨੂੰ ਵੀ ਸਲਾਮ ਤੇ ਲੈਂਦੇ ਪੰਜਾਬ ਨੂੰ ਵੀ, ਸਾਰਿਆਂ ਨੂੰ ਮੇਰਾ ਸਲਾਮ, ਸਾਰਿਆਂ ਭਰਾਵਾਂ ਨੂੰ, ਮੁਸਲਮਾਨਾਂ ਨੂੰ। ਤੇ ਗੱਲ ਇਸ ਤਰ੍ਹਾਂ ਵੇ ਕਿ ਅੱਜ ਮੇਰਾ ਛੋਟਾ ਭਰਾ, ਮੇਰਾ ਪੁੱਤਰ ਬਿੱਲਾ ਸੁਲਤਾਨ, ਸੁਲਤਾਨ ਬਿੱਲਾ, ਫਿਲਮੀ ਅਦਾਕਾਰ, ਜਿਹਨੂੰ ਲੋਕ ਨਵਾਂ ਸੁਲਤਾਨ ਵੀ ਕਹਿੰਦੇ ਆ, ਸੁਲਤਾਨੀ ਦਾ ਸ਼ਕਲ ਵੀ ਕਹਿੰਦੇ ਆ, ਸਾਰੇ ਹੀ ਨਾਮ ਇਹਦੇ ਨੇ ਅੱਲਾ ਦੇ ਹੁਕਮ ਨਾਲ। ਅਤੇ ਗੱਲ ਇਸ ਤਰ੍ਹਾਂ ਵੇ, ਹੈ ਵੀ ਸਾਡਾ ਸੁਲਤਾਨ ਰਹੀ ਹੈ ਭਾਈ, ਇੱਕ ਨਾਂ ਤਾਂ ਰਹਿਣਾ ਚਾਹੀਦਾ ਨਾ ਸਦਾ। ਅਸੀਂ ਤਾਂ ਉਹਨਾਂ ਨੂੰ ਉਸਤਾਦ ਮੰਨਿਆ ਨਾ, ਸੁਲਤਾਨ ਅਲੀ ਸਾਹਿਬ ਨੂੰ। ਅਤੇ ਮਾਸ਼ਾਅੱਲਾ ਇਹਨਾਂ ਨੇ ਜ਼ਿੰਦਗੀ ਨਿਭਾਈ ਉਹਨਾਂ ਦੇ ਨਾਲ, ਇਹ ਸਾਡੇ ਵੀਰ ਨੇ, ਸਾਡੇ ਭਰਾ ਨੇ। ਬਾਕੀ ਗੱਲਬਾਤ ਇਹ ਵੀ ਤੁਹਾਨੂੰ ਦੱਸਣਗੇ, ਤੁਸੀਂ ਬਹਿ ਜਾਓ, ਬਹਿ ਕੇ ਬਣਾਓਗੇ ਤਾਂ ਹੋਰ ਮਜ਼ਾ ਆਏਗਾ। ਜੀ ਅਸਲਾਮ ਵਾਲੇਕੁਮ ਜੀ। ਜੀ ਕਿੱਧਰ ਆਏ ਹੋ ਜੀ? ਅੱਜ ਦੱਸੋ, ਅੱਜ ਕਿੱਧਰ ਆਏ ਜੀ? ਅੱਜ ਜੀ ਰਾਤੀ ਇੱਕ ਫੋਨ ਗਿਆ, ਜਿਸ ਫੋਨ ਨੇ ਮੇਰਾ ਤਰਾਉ ਕੱਢਿਆ। ਅੱਛਾ ਜੀ। ਤੇ ਉਹਨੇ ਕਿਹਾ ਕਿ ਸਵੇਰੇ ਇੰਨੇ ਵਜੇ ਤੂੰ ਇੱਥੇ ਹੋਣਾ ਜਨਾਬ। ਅੱਛਾ ਜੀ। ਅਸੀਂ ਆ ਗਏ ਹਾਂ ਤੇ ਇਹ ਮੇਰੀਆਂ ਨਿਸ਼ਾਨੀਆਂ ਨੇ। ਜ਼ਬਰਦਸਤ ਜੀ, ਮਾਸ਼ਾਅੱਲਾ। ਮੈਂ ਬੁਲਾਇਆ ਮੌਲਾ ਜੱਟ ਸਾਹਿਬ। ਮੌਲਾ ਜੱਟ ਸਾਹਿਬ ਨੇ ਬੁਲਾਇਆ ਜੀ ਤੁਹਾਨੂੰ? ਜਿਨ੍ਹਾਂ ਨੇ ਫਿਲਮ ਸ਼ੁਰੂ ਕਰਨੀ ਹੈ, ਮੌਲਾ ਜੱਟ, ਮੌਲੇ ਦਾ ਖੜਾਕ, ਮੌਲੇ ਦਾ ਖੜਾਕ ਸ਼ੁਰੂ ਕਰ। ਅੱਛਾ ਜੀ। ਔਰ ਇਹਦੇ ਵਿੱਚ ਅੱਛੀ ਟੀਮ ਪਾ ਰਹੇ ਨੇ, ਅੱਛੀ ਕਾਸਟ ਪਾ ਰਹੇ ਨੇ, ਇਹਦਾ ਡਾਇਰੈਕਟਰ ਆਸਫ ਮਾਹੀਆ ਸਾਹਿਬ। ਮਾਸ਼ਾਅੱਲਾ ਜੀ, ਜ਼ਬਰਦਸਤ। ਔਰ ਇਹ ਉਹ ਭਾਈ ਹੈ ਕਿ ਜਿਹਨੇ ਹਮੇਸ਼ਾ ਭਲੇ ਕੀਤੇ ਨੇ, ਅਤੇ ਹੁਣ ਇਹਦੇ ਨਾਲ ਉਹੀ ਬੰਦੇ ਟੁਰਨਗੇ ਜਿਨ੍ਹਾਂ ਦਾ ਬਲੱਡ ਅੱਛਾ ਹੋਵੇ। ਅੱਲਾ ਇਹਨਾਂ ਨੂੰ ਕਾਮਯਾਬੀਆਂ ਦੇਵੇ, ਅੱਲਾ ਇਹਨਾਂ ਨੂੰ ਸਲਾਮਤ ਰੱਖੇ, ਇਹ ਮਲਾਂਗੜੇ ਦਾਤਾ ਪੀਆ ਦੇ ਆਪੇ ਕਰਮ ਹੋ ਜਾਣ। ਜ਼ਬਰਦਸਤ ਜੀ। ਤੇ ਮਾਸ਼ਾਅੱਲਾ ਜੀ, ਇਹ ਬੜਾ ਤੁਸੀਂ ਜਿਹੜੇ ਪਾਏ ਨੇ, ਜ਼ਬਰਦਸਤ ਜੀ। ਦੇਖੋ ਤਰਾ ਇਹ ਵੀ ਲੱਗਦਾ, ਇਹ ਕਿੱਥੋਂ ਲਿੱਤੇ ਨੇ ਜੀ ਤੁਸੀਂ ਇਹ ਵਾਲੇ? ਇਹ ਭਾਅ ਜੀ ਮੈਂ ਮੌਲਾ ਜੱਟ ਸਾਹਿਬ ਨੇ ਮੈਨੂੰ ਗਿਫਟ ਕੀਤੇ ਨੇ। ਜ਼ਬਰਦਸਤ ਮਾਸ਼ਾਅੱਲਾ। ਇਹ ਮੈਂ ਜੇ ਤੁਸੀਂ ਕਹਿਤਾ ਨਾ ਮੁੱਲ ਲਏ ਨੇ, ਤੇ ਉਹਨੇ ਪਤਾ ਲੱਗਿਆ ਹੁਣ ਮੈਂ 10,000 ਪਾਤਾ, ਤੇ ਮੈਂ ਮੁਕਤ। ਇਹ ਉਹ ਭਾਈ ਹੈ ਜਿਹਨੇ ਹਮੇਸ਼ਾ ਸਦਾ ਵਰਤ ਲਾਈ ਹੈ। ਜ਼ਬਰਦਸਤ। ਸਾਡੇ ਵੱਡੇ ਨੇ, ਸਾਡੇ ਜਾਨ ਨੇ, ਜ਼ਿੰਦਗੀ ਹੈ। ਲੋਕਾਂ ਨੂੰ ਅਮਲ ਪਿਆ ਦੱਸਣਾ ਹੈ, ਅਮਲ ਆਪ ਵੀ ਕਰਕੇ ਵਿਖਾ ਤੇ ਸਹੀ। ਕਿਸੇ ਨੂੰ ਸਮਝਾਉਣ ਤੋਂ ਪਹਿਲਾਂ ਮੌਲਾ ਜੱਟ ਸਾਹਿਬ ਆਪ ਸਮਝਦੇ ਨੇ ਕਿ ਮੈਂ ਕਿਸੇ ਨੂੰ ਸਮਝਾਵਾਂਗਾ, ਪਹਿਲਾਂ ਮੈਂ ਆਪ ਸਮਝ ਆਇਆ। ਇਹ ਭਾਨੂੰ ਨਵੀਂ ਨਾਲ ਬੈਠੇ ਨੇ, ਮਾਸ਼ਾਅੱਲਾ ਜੀ। ਪਾਕਿਸਤਾਨ ਜ਼ਿੰਦਾਬਾਦ ਬਾਬਾ ਜੀ। ਬਾਬਾ ਜ਼ਬਰਦਸਤ ਜੀ। ਇਹ ਦੇਖੋ ਜੀ, ਹੁਣ ਆਪਣੇ ਮਾਸ਼ਾਅੱਲਾ ਮੌਲਾ ਜੱਟ ਸਾਹਿਬ ਸਹੀ ਆਪਣੇ ਦੇਖੋ ਨਾ, ਹੁਣ ਨਾਲ ਗਏ ਨੇ। ਹੈਂ ਜੀ। ਹਾਂਜੀ ਜੀ, ਫਿਲਮ ਸ਼ੁਰੂ ਕਰਨ ਲੱਗੇ ਜੀ ਮਾਸ਼ਾਅੱਲਾ। ਫਿਲਮ ਸ਼ੁਰੂ ਕਰ ਦਿੱਤੀ ਜੀ ਅੱਲਾ ਤੋਂ ਕੋਨਾ, ਮੌਲੇ ਦਾ ਖੜਾਕ, ਮੌਲੇ ਦਾ ਖੜਾਕ, ਮੌਲਾ ਹੀ ਵਾਰਸ ਹੈ। ਸਾਰੇ ਭਰਾ ਦੁਆ ਕਰਿਓ, ਅਸੀਂ ਕਿਸੇ ਨਾਲ ਭੈੜੇ ਨਹੀਂ, ਕਿ ਨਾ ਕੋਈ ਸਾਡੇ ਨਾਲ ਭੈੜ ਕਰੇ ਤੇ ਨਾ ਅਸੀਂ ਕਿਸੇ ਨਾਲ ਕਰਾਂਗੇ। ਸਹੀ। ਸਾਧੂ ਖੜਾ ਬਾਜ਼ਾਰ ਮੇ ਸਭ ਕੀ ਮੰਗੇ ਖੈਰ, ਨਾ ਕਿਸੇ ਸੇ ਦੁਸ਼ਮਣੀ ਨਾ ਕਿਸੇ ਸੇ ਵੈਰ, ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ, ਸਾਡਾ ਕੋਈ ਦੁਸ਼ਮਣ ਨਹੀਂ। ਜੇ ਕਿਸੇ ਨਾਲ ਕੋਈ ਹੈ ਵੀ ਸੀ ਤੇ ਅਸੀਂ ਅੱਲਾ ਵਾਸਤੇ ਉਹਨੂੰ ਮਾਫ਼ ਕੀਤਾ, ਅੱਲਾ ਪਾਕ ਸਾਨੂੰ ਮਾਫ਼ ਕਰੇ। ਤੇ ਹੁਣ ਗੱਲ ਸੁਣੋ ਮੇਰੀ ਬਾਬਾ, ਤੁਹਾਨੂੰ ਕੋਈ ਕੰਮ ਦੀ ਗੱਲ ਦੱਸ ਦਈਏ, ਸਾਰੇ ਭਰਾ ਸੁਣਨ ਵਾਲੇ ਸੁਣ ਲੈਣ। ਇਹ ਕੁੱਤਾ ਮੰਗਣ ਵਾਲੇ ਨੂੰ ਬੜਾ ਪੈਂਦਾ, ਜਿਹੜੇ ਮੰਗਣ ਵਾਲੇ ਆਉਂਦੇ ਨੇ ਬੂਹੇ ਬੂਹੇ ਫਿਰਦੇ ਨੇ, ਤੇ ਕੁੱਤਾ ਉਹਨਾਂ ਨੂੰ ਬੜਾ ਪੈਂਦਾ।
ਇਹ ਅਸੀਂ ਤੁਹਾਨੂੰ ਦੱਸਣਾ ਵੀ ਕੁੱਤਾ ਉਹਨਾਂ ਨੂੰ ਕਿਉਂ ਪੈਂਦਾ ਔਰ ਲੋਕਾਂ ਨੂੰ ਕਿਉਂ ਨਹੀਂ ਪੈਂਦਾ। ਉਹ ਯਾਰ ਉਹ ਕੁੱਤਾ ਹੋ ਕੇ ਉਹ ਇਸ ਲਈ ਪੈ ਰਿਹਾ, ਉਹ ਕਹਿੰਦਾ ਭਾਈ ਕੁੱਤਾ ਕਹਿ ਰਿਹਾ ਉਸ ਬੰਦੇ ਨੂੰ, ਉਹ ਮੈਂ ਕੁੱਤਾ ਹੋ ਕੇ ਬੰਦੇ ਆ ਇੱਕ ਦਰ 'ਤੇ ਬੈਠਾ ਵਾਂ, ਤੇ ਤੂੰ ਬੰਦਾ ਹੋ ਕੇ ਦਰ ਦਰ 'ਤੇ ਫੇਰ ਰਿਹਾ ਮੰਗਦਾ, ਉਹ ਮੇਰੇ ਤਰ੍ਹਾਂ ਇੱਕ ਦਰ ਦਾ ਹੋ ਜਾ, ਇੱਕ ਦਰ 'ਤੇ ਬਹਿ ਜਾ, ਰੱਬ ਤੇਰਾ ਭਲਾ ਕਰ ਦੇਗਾ। ਅਤੇ ਮੈਂ ਸਾਰਿਆਂ ਭਾਈਆਂ ਨੂੰ ਇਹੋ ਮਸ਼ਵਰਾ ਦਿੰਦਾ ਕਿ ਇੱਕ ਦਰ 'ਤੇ ਹੋ ਕੇ ਰਵੋ, ਜਿਹੜੇ ਬੰਦੇ ਨੇ ਦੋ ਬੇੜੀਆਂ 'ਚ ਜ਼ਿੰਦਗੀ 'ਚ ਪੈਰ ਰੱਖਿਆ ਉਹ ਪਾਰ ਨਹੀਂ ਚੱਲਣ ਗਿਆ, ਅਤੇ ਜਿਹਨੇ ਇੱਕੋ ਬੇੜੀ 'ਚ ਸਵਾਰੀ ਕੀਤੀ ਉਹ ਪਾਰ ਲੰਘ ਗਿਆ। ਠੀਕ ਹੈ ਜੀ, ਅਤੇ ਮੈਂ ਸਾਰਿਆਂ ਭਰਾਵਾਂ ਨੂੰ ਇਹੋ ਮਸ਼ਵਰਾ ਦਿੰਦਾ ਕਿ ਜੀਮ ਜੰਜ ਚੜ੍ਹੀ ਸੋਹਣੇ ਯਾਰ ਵਾਲੀ, ਉਹ ਮੈਂ ਦੱਸਣ ਲੱਗਾ ਵੀ ਯਾਰ ਕੀ ਹੁੰਦਾ ਅਤੇ ਦੁਨੀਆ ਕੀ ਹੁੰਦੀ ਆ। ਜੀਮ ਜੰਜ ਚੜ੍ਹੀ ਸੋਹਣੇ ਯਾਰ ਵਾਲੀ, ਅਤੇ ਵੱਜਣ ਤੂਤੀਆਂ ਨਾਲ ਨਗਾਰਿਆਂ ਦੇ, ਅਤੇ ਮੇਰੇ ਯਾਰ ਦੇ ਕੱਪੜੇ ਕੇਸਰੀ ਨੇ, ਜੁੱਤੀ ਬੜੀ ਹੈ ਲਾਲ ਸਤਾਰਿਆਂ ਦੇ, ਅਤੇ ਮੇਰਾ ਯਾਰ ਵਿਆਹ ਵਿੱਚ ਇੰਜ ਫਿਰਦਾ ਜਿਵੇਂ ਚੰਨ ਫਿਰਦਾ ਵਿੱਚ ਤਾਰਿਆਂ ਦੇ। ਉਹ ਜਿਹੜਾ ਯਾਰ ਹੁੰਦਾ ਚੰਨ ਹੁੰਦਾ, ਦੁਨੀਆ ਤਾਰੇ ਹੁੰਦੀ ਆ। ਲਓ ਹੁਣ ਮੇਰੀ ਗੱਲ 'ਤੇ ਗੌਰ ਕਰਿਓ ਸਾਰੇ ਭਰਾ, ਜਿਹੜੀ ਗੱਲ ਨਾ ਚੰਗੀ ਲੱਗੇ ਤਾਂ ਵਾਪਸ ਦੇ ਦੇਣਾ। ਜਦੋਂ ਬੱਸ ਭਰ ਕੇ ਕਿਸੇ ਮੁੰਡੇ ਨੂੰ ਵਿਆਹੁਣ ਜਾਂਦੇ ਹਾਂ ਆਪਾਂ, ਬੇਟੇ ਨੂੰ, ਭਰਾ ਨੂੰ, ਕਿਸੇ ਨੂੰ ਜਾਂ ਕਿਸੇ ਦੀ ਬਰਾਤ ਨਾਲ ਜਾਂਦੇ ਹਾਂ, ਅਤੇ ਬੜੇ ਸੋਹਣੇ ਸੋਹਣੇ ਅਤੇ ਚੰਗੇ ਚੰਗੇ ਜਾਂਜੀ ਸੱਦੀਦੇ ਆ, ਵੀ ਚੰਗੇ ਕੱਪੜੇ ਪਾ ਕੇ ਯਾਰ ਬੜੀ ਚੰਗੀ ਥਾਂ 'ਤੇ ਵਿਆਹੁਣ ਜਾ ਰਹੇ ਹਾਂ, ਅਤੇ ਉਹ 100 ਬੰਦਾ ਹੁੰਦਾ ਬੱਸ ਦੇ ਵਿੱਚ ਜਿਹੜਾ ਪੈਂਦਾ ਇਸ ਟਾਈਮ, ਅਤੇ ਵਿੱਚ ਕੋਈ ਜਾਂਜੀ ਮਾੜਾ ਨਹੀਂ ਹੁੰਦਾ। ਜਿਹਨੂੰ ਕਹੋਗੇ ਨਾ ਜਾਂਜੀ ਮਾੜਾ ਹੈ, ਉਹ ਉੱਤਰ ਜਾਏਗਾ ਤੁਹਾਨੂੰ ਗਾਲ ਕੱਢ ਕੇ, ਕੋਈ ਜਾਂਜੀ ਮਾੜਾ ਹੁੰਦਾ ਇਹਦੀ ਕੀ ਦੇਣਾ। ਮਗਰ ਇੱਕ ਗੱਲ ਯਾਰ ਗੌਰ ਦਾ ਸੁਣਿਓ, ਤੁਹਾਡੇ ਸੁਣਨ ਵਾਲੀ ਜੇ ਕੰਮ ਆਏਗਾ, ਉਸ ਬੱਸ ਦੇ ਵਿੱਚ ਜਾਂਜੀ ਤਾਂ ਸਾਰੇ ਸੋਹਣੇ ਹੁੰਦੇ ਆ, ਮਗਰ ਲਾੜਾ ਇੱਕੋ ਹੀ ਹੁੰਦਾ। ਵਾਹ ਜੀ ਵਾਹ, ਕੀ ਬਾਤ ਕੀ ਬਾਤ। ਓਏ ਉਹ ਫਿਲਮਾਂ ਦਾ ਲਾੜਾ ਸੀ ਸੁਲਤਾਨ ਰਾਈ, ਵਾਹ ਵਾਹ ਵਾਹ, ਸੁਲਤਾਨ ਰਾਈ ਦੁਨੀਆ ਤੋਂ ਚਲਾ ਗਿਆ ਅਤੇ ਫਿਲਮਾਂ ਬਣਨੀਆਂ ਬੰਦ ਹੋ, ਸਟੂਡੀਓ ਮੂਦਾ ਹੋ ਗਿਆ, ਪਿਛੜਾ ਕੁਛ ਇਸ ਅਰਦਾਸ ਇੱਕ ਰੁੱਤ ਹੀ ਬਦਲ ਗਈ, ਇੱਕ ਸ਼ਖਸ ਪੂਰੇ ਸਟੂਡੀਓ ਕੋ ਵਿਰਾਨ ਕਰ ਗਿਆ। ਅਸੀਂ ਉਹਨਾਂ ਨੂੰ ਦਿਲੋਂ ਉਸਤਾਦ ਮੰਨਿਆ ਜੀ, ਸਰਦਾਰ ਜੀ ਸਾਹਿਬ ਨੂੰ, ਉਹਨਾਂ ਦੀ ਕਬਰ 'ਤੇ ਹੁਣ ਵੀ ਜਾਈਦਾ ਸਲਾਮ ਕਰਨ, ਦੁਆ ਮੰਗਣ, ਬਰਸੀ 'ਤੇ ਹਰ ਸਾਲ ਜਾਈਦਾ। ਮਾਸ਼ਾਅੱਲਾ, ਹੁਣ ਸਾਡੀ ਦੁਆ ਹੈ ਕਿ ਹੁਣ ਕੌਣ ਸਰਦਾਰ ਹੀ ਬਣੇ, ਹੈਦਰ ਸੁਲਤਾਨ ਉਹਨਾਂ ਦਾ ਪੁੱਤਰ। ਸਾਰੇ ਭਰਾ ਦੁਆ ਕਰੋ ਹੈਦਰ ਸੁਲਤਾਨ ਹੀ ਬਣ ਜਾਵੇ, ਉਹ ਸਾਡਾ ਭਤੀਜਾ ਵੀ ਹੈ, ਸਾਡਾ ਪੁੱਤਰ ਵੀ ਹੈ, ਸਾਡਾ ਯਾਰ ਵੀ ਹੈ, ਸਾਡੇ ਉਸਤਾਦ ਦਾ ਪੁੱਤਰ। ਔਰ ਉਹਦੀ ਫਿਲਮ ਲੱਗੀ ਹੈ ਹੈਦਰ ਸੁਲਤਾਨ ਸਾਹਿਬ ਦੀ, ਬਾਬਲ ਵੀਰ, ਬਾਬਲ, ਲੇਕਿਨ ਉਹਨੇ ਬੜਾ ਹੀ ਅੱਛਾ ਰੋਲ ਕੀਤਾ ਔਰ ਫਿਲਮ ਕਾਮਯਾਬ ਹੋਈ ਉਹਦੀ, ਉਹ ਸਾਰੀ ਦੁਨੀਆ ਵੇਖਣ ਜਾ ਰਹੀ, ਫੈਮਿਲੀ ਫਿਲਮ ਹੈ, ਫਿਲਮ ਉਹਦੀ ਕਾਮਯਾਬ ਹੋਈ ਹੈ ਹੈਦਰ ਸੁਲਤਾਨ ਸਾਹਿਬ ਦੀ, ਬਾਬਲ ਵੀਰ। ਬਾਬਲ ਵੀਰ ਉਹਨੇ ਦੱਸਿਆ ਕਿ ਮੈਂ ਸੁਲਤਾਨ ਜੀ ਦਾ ਪੁੱਤਰ ਜੇ, ਔਰ ਸੋਹਣਾ ਲੱਗਾ, ਔਰ ਅੱਲਾਹ ਉਹਨੂੰ ਕਾਮਯਾਬੀਆਂ ਦੇਵੇ, ਆਮੀਨ। ਲਓ ਜੀ ਹੁਣ ਮੈਂ ਤੁਹਾਨੂੰ ਲੈ ਕੇ ਚੱਲਣਾ ਭਲਵਾਨਾਂ ਵੱਲ, ਸਾਡਾ ਭਲਵਾਨਾਂ ਦਾ ਵੀ ਸ਼ੋਭਾ, ਨਵਾਂ ਬਾਜ਼ਾਰ, ਲੁਹਾਰੀ ਗੇਟ, ਨਵਾਂ ਬਾਜ਼ਾਰ ਅਖਾ।